ਭਾਜੀ ਠੀਕ ਹੈ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼ ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਕੁਝ ਦਿਨ ਪਹਿਲਾਂ ਅਸੀਂ ਤੁਹਾਨੂੰ ਇੱਕ ਵੀਡੀਓ ਦਿਖਾਈ ਸੀ, ਜਿਸ ਵੀਡੀਓ ਵਿੱਚ ਦਲੀਪ ਸਿੰਘ ਰਾਣਾ ਇੱਕ ਸਰਦਾਰ ਦੇ ਚਪੇਟ ਮਾਰ ਰਹੇ ਸਨ, ਜਿਸ ਤੋਂ ਬਾਅਦ ਲੋਕਾਂ ਵੱਲੋਂ ਗ੍ਰੇਟ ਖਲੀ ਦਾ ਕਾਫੀ ਵਿਰੋਧ ਕੀਤਾ ਗਿਆ। ਜ਼ਿਆਦਾ ਵਿਰੋਧ ਨੂੰ ਦੇਖਦੇ ਹੋਏ ਖਲੀ ਨੇ ਇਸ ਮਾਮਲੇ ਤੇ ਸਫਾਈ ਦਿੱਤੀ। ਆਓ ਦੇਖਦੇ ਹਾਂ ਉਹ ਸਾਰੀ ਵੀਡੀਓ। ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਈਏ ਕਿ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇਸੇ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਅਪਡੇਟਸ ਦੇਖਣ ਲਈ ਤੁਹਾਡੇ ਆਪਣੇ ਚੈਨਲ ਨਿਊਜ਼ ਲਾਈਨ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਾ ਲਓ ਤਾਂ ਜੋ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੀ ਮੋਬਾਈਲ ਸਕਰੀਨ ਤੇ ਸਭ ਤੋਂ ਪਹਿਲਾਂ ਪਹੁੰਚ ਸਕੇ। ਇਸ ਦੇ ਨਾਲ ਹੀ ਵੀਡੀਓ ਨੂੰ ਪੂਰੀ ਜ਼ਰੂਰ ਦੇਖਣਾ। ਉੱਪਰ ਸੂਰਜ ਕੋ ਥੋਕੇਂਗੇ ਤੋ ਜੋ ਥੂਕੇ ਆਪਣੇ ਮੂੰਹ ਤੇ ਪੜਨਾ ਹੈ। ਸੋ ਇਹ ਡੰਗਰ ਤੱਕ ਵੀਡੀਓ ਜਿਹੜੀ ਆ ਪਹੁੰਚਾਉਣੀ, ਇਹਨੂੰ ਡੰਗਰ ਨੂੰ ਕਹਿਣਾ ਜੇ ਪਿਓ ਦਾ ਪੁੱਤ ਤੇ ਆ ਫਿਰ ਇੱਧਰ ਵੱਡਾ ਤੂੰ ਰੈਸਲਰ ਲਈ ਫਿਰਦਾ, ਮਾਰ ਮਾਰ ਸੋਟੀਆਂ ਤੇਰੀਆਂ ਨਾਸਾਂ ਨਾ ਭੰਤੀਆਂ ਦੇ ਆਖੀ, ਗਰੀਬ ਤੇ ਤੂੰ ਹੱਥ ਚੁੱਕਿਆ ਡੰਗਰਾ ਜਾਂ ਅਗਲ ਨਾ ਮੌਤ ਤੈਨੂੰ। ਬਤਾਉਣਾ ਚਾਹੂੰਗਾ ਕਿ ਐਬਸੋਲੂਟਲੀ ਮੇਰੇ ਸੇ ਬਾਤ ਕਰੇ, ਫੇਸ ਟੂ ਫੇਸ ਬਾਤ ਕਰੇ, ਫੋਨ ਕਰਕੇ ਬਾਤ ਕਰੇ ਕਿ ਵੀ ਪ੍ਰੋਬਲਮ ਕਾ ਹੈ। ਐਵੇਂ ਮਤਲਬ ਮੇਰਾ ਪੰਜਾਬ ਸੇ ਬੋਰਨ ਨਹੀਂ ਹੈ, ਲੇਕਿਨ ਮੈਂ ਮਤਲਬ ਪੰਜਾਬੀ ਸੇ ਕਮ ਵੀ ਨਹੀਂ ਹੂੰ। ਮੈਂ ਮਤਲਬ ਜੈਸੇ ਬੋਲਦੇ ਨਾ ਕਿ ਮੈਂ ਪੰਜਾਬ ਪੇ ਰਹਾ ਹੂੰ, ਅੱਧੀ ਲਾਈਫ ਸੇ ਜ਼ਿਆਦਾ ਲਾਈਫ ਮੇਰੀ ਪੰਜਾਬ ਪੇ ਗੁਜ਼ਰੀ ਹੈ। ਜੋ ਪੰਜਾਬ ਪੇ ਰਹਿਤਾ ਉਹ ਸਭ ਪੰਜਾਬੀ ਹੋਤੇ ਹੈ, ਔਰ ਸਭੀ ਕੋਈ ਪੰਜਾਬੀ ਭਰਾ ਕੋ ਔਰ ਸਾਰੇ ਕੋਈ ਹਿੰਦੁਸਤਾਨੀਓ ਕੋ ਮੇਰਾ ਸਤਿ ਸ਼੍ਰੀ ਅਕਾਲ ਨਮਸਕਾਰ। ਕਿਸੀ ਕਾ ਵੀ ਕੁਛ ਨਹੀਂ ਜਾਣਾ, ਔਰ ਸਪੈਸ਼ਲੀ ਜੋ ਸਰਦਾਰ ਭਰਾ ਹੋਤੇ ਹੈ, ਆਪਣੇ ਪੰਜਾਬੀ ਭਰਾ ਹੋਤੇ, ਉਹ ਕਿਸੀ ਕੋ ਗਾਲੀ ਨਹੀਂ ਮਤਲਬ ਦੇ ਸਕਦਾ, ਮਤਲਬ ਕਿਉਂਕਿ ਸੱਚਾਈ ਜਾਣਨਾ ਬਹੁਤ ਜ਼ਰੂਰੀ ਹੈ। ਸੱਚਾਈ ਕੋ ਜਾਣਨਾ ਬਹੁਤ ਜ਼ਰੂਰੀ ਕਿ ਸੱਚਾਈ ਕਿਆ ਹੈ। ਸੋ ਮੈਂ ਚਾਹੂੰਗਾ ਕਿ ਵੀ ਉਸ ਵੀਡੀਓ ਪੇ ਔਰ ਕਿਸੀ ਕੋ ਉਸ ਇਸ ਪੇ ਕਿਸੀ ਕੋ ਧਿਆਨ ਨਹੀਂ ਦੇਣਾ ਚਾਹੀਏ। ਕਿਸੀ ਕੋ ਵੀ ਆਪਤੀ ਹੋ ਸਕਤੀ ਹੈ, ਕਿਸੀ ਕੋ ਪੂਰੀ ਨੌਲੇਜ ਨਹੀਂ ਹੋਤੀ। ਜੋ ਵੀ ਬਾਤ ਕਰਨੀ ਚਾਹੀਏ ਉਹ ਫੇਸ ਟੂ ਫੇਸ ਕਰਨੀ ਚਾਹੀਏ। ਕਾਫੀ ਲੋਕਾਂ ਨੇ ਮੈਸੇਜ ਕੀਆ ਕਿ ਵੀ ਜੋ ਇੱਕ ਵੀਡੀਓ ਵਾਇਰਲ ਹੋਈ ਸੀ ਉਹ ਜਸਟ ਇੱਕ ਫਿਲਮ ਸ਼ੂਟ ਹੈ, ਨਥਿੰਗ ਸੀਰੀਅਸ, ਡੋਂਟ ਟੇਕ ਵੀ ਸੀਰੀਅਸ, ਕਿਸੇ ਨੇ ਵੀ ਸੀਰੀਅਸ ਨਹੀਂ ਲੈਣਾ। ਅਗਰ ਕਿਸੇ ਕੋ ਵੀ ਆਪਤੀ ਹੋ, ਐਕਚੁਅਲੀ ਸਭ ਤੋਂ ਮਤਲਬ ਪਾਸ ਮੇਰਾ ਨੰਬਰ ਹੈ, ਮੇਰੇ ਸੇ ਕੋਂਟੈਕਟ ਕਰ ਸਕਤੇ ਹੈ ਔਰ ਆਪ ਬੋਲ ਸਕਤੇ ਹੈ ਕਿ ਵੀ ਮਤਲਬ ਕਿਆ ਹੈ। ਕਿਉਂਕਿ ਇਹ ਜੋ ਵੀਡੀਓ ਸਿਰਫ ਵੀਡੀਓ ਇੱਕ ਫੋਟੋਸ਼ੂਟ ਹੈ, ਮਤਲਬ ਔਰ ਇਸ ਤੋਂ ਜ਼ਿਆਦਾ ਕੁਛ ਨਹੀਂ ਹੈ। ਮੈਂ ਸਿਮਰ ਅਟਵਾਲ, ਜੋ ਕਿ ਮੈਂ 8-10 ਸਾਲਾਂ ਤੋਂ ਦਾ ਗ੍ਰੇਟ ਖਲੀ ਜੀ ਵੱਡੇ ਭਰਾਵਾਂ ਦੇ ਨਾਲ ਮੈਂ ਰਹਿ ਰਿਹਾ, ਜੋ ਕਿ ਕੁਝ 5-6 ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋਈ ਬਹੁਤ ਸਪੀਡ 'ਤੇ, ਜਿਸ ਵਿੱਚ ਸਾਡੀ ਇੱਕ ਸ਼ੂਟ ਸੀ ਇੱਕ ਪਿਕਚਰ ਦਾ, ਜਿਹਦੇ ਵਿੱਚ ਖਲੀ ਜੀ ਨੇ ਮੇਰੇ ਥੱਪੜ ਮਾਰਿਆ, ਪਰ ਉਹ ਕੁਝ ਸੱਚਾਈ ਨਹੀਂ ਹੈਗੀ ਥੱਪੜ ਦੀ, ਉਹ ਇੱਕ ਸਾਡੀ ਫਿਲਮ ਦਾ ਪਾਰਟ ਸੀ ਜਿਹਦੇ ਵਿੱਚ ਕੁਝ ਗਲਤ ਆਂਸਰਾਂ ਨੇ ਵੀਡੀਓ ਵਾਇਰਲ ਕਰਤੀ, ਤੋੜ ਮਰੋੜ ਕੇ ਉਸ ਚੀਜ਼ ਨੂੰ ਗਲਤ ਦਿਖਾਇਆ ਜਾ ਰਿਹਾ ਹੈ। ਪਰ ਇਹਦੇ ਵਿੱਚ ਖਲੀ ਜੀ ਦਾ ਵੀ, ਉਹ ਖਲੀ ਜੀ ਸਰਦਾਰਾਂ ਦਾ ਪੂਰਾ ਸਤਿਕਾਰ ਔਰ ਸਿੱਖ ਕੌਮ ਦਾ ਪੂਰਾ ਸਤਿਕਾਰ ਕਰਦੇ ਨੇ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਇਹ ਕੇਵਲ ਇੱਕ ਵੀਡੀਓ ਸਟੰਟ ਹੀ ਸੀ, ਅਤੇ ਦਲੀਪ ਸਿੰਘ ਨੇ ਵੀ ਇਹ ਅਪੀਲ ਕੀਤੀ ਕਿ ਇਸ ਸਟੰਟ ਦੀ ਵੀਡੀਓ ਨੂੰ ਜ਼ਰਾ ਤੋੜ ਮਰੋੜ ਕੇ ਵਧਾਇਆ ਨਾ ਜਾਵੇ। ਇਸ ਦੇ ਨਾਲ ਹੀ ਵੀਡੀਓ ਵਿੱਚ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਡਾ ਇਸ ਵੀਡੀਓ ਬਾਰੇ ਕੀ ਪ੍ਰਤੀਕਰਮ ਹੈ। ਇਸ ਵੀਡੀਓ ਨੂੰ ਲਾਈਕ ਜਾਂ ਡਿਸਲਾਈਕ ਜ਼ਰੂਰ ਕਰਨਾ, ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਅਪਡੇਟਸ ਸਭ ਤੋਂ ਪਹਿਲਾਂ ਦੇਖਣ ਲਈ ਤੁਹਾਡੇ ਆਪਣੇ ਚੈਨਲ ਨਿਊਜ਼ ਲਾਈਨ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ, ਜਿਸ ਨਾਲ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੀ ਮੋਬਾਈਲ ਸਕਰੀਨ 'ਤੇ ਸਭ
ਤੋਂ ਪਹਿਲਾਂ ਮਿਲ ਸਕੇ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।